ਪੰਜਾਬੀ ਫਿਲਮ ਇੰਡਸਟਰੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਮੇਡੀ ਦਾ ਜੋ ਦੌਰ ਚੱਲਿਆ ਉਹ ਲੱਗਦਾ ਹੈ ਕਿ ਹੁਣ ਖਤਮ ਹੋਣ ਵਾਲਾ ਹੈ ਕਿਉਂਕਿ ਪੰਜਾਬੀ ਫਿਲਮਾਂ ਵਿੱਚ ਬਾਰ-ਬਾਰ ਇੱਕੋ ਤਰ੍ਹਾਂ ਦੀਆਂ ਫਿਲਮਾਂ ਦੇਖ ਕੇ ਲੋਕਾਂ ਦਾ ਮਨੱਕਿਆ ਹੋਇਆ ਹੈ ਤੇ ਉਪਰੋਂ ਦੋਹਰੇ ਅਰਥਾਂ ਵਾਲੀ ਕਮੇਡੀ ਦਾ ਵੀ ਲੋਕਾਂ ਵਿੱਚ ਵਿਰੋਧ ਹੋ ਰਿਹਾ ਅਜਿਹੇ ਵਿੱਚ ਦੋ ਫਿਲਮਾਂ ਜੋ ਪੰਜਾਬੀ ਫਿਲਮਾਂ ਦੇ ਪੱਧਰ ਨੂੰ ਬਦਲਣ ਤੇ ਨਵੇਂ ਦੌਰ ਵਿੱਚ ਲਿਜਾਣ ਨੂੰ ਬਣਾਈਆਂ ਗਈਆਂ ਨੇ ਇਹਨਾਂ ਵਿੱਚੋਂ ਇੱਕ ਫਿਲਮ ਤਾਂ ਰਿਲੀਜ਼ ਹੋ ਚੁੱਕੀ ਹੈ ਤੇ ਉਸ ਨੂੰ ਦਰਸ਼ਕਾਂ ਦਾ ਮਿਲਿਆ ਹੰਗਾਰਾ ਉਸ ਦੇ ਸੁਪਰ ਹਿੱਟ ਹੋਣ ਦੀ ਗਵਾਹੀ ਭਰ ਰਿਹਾ ਤੇ ਦੂਜੀ ਫਿਲਮ 8 ਸਤੰਬਰ ਨੂੰ ਰਿਲੀਜ਼ ਹੋਣੀ ਹੈ ਜੋ ਸਾਊਥ ਫਿਲਮਾਂ ਦੇ ਹਾਂ ਦੀ ਫਿਲਮ ਹੋਣ ਜਾ ਰਹੀ ਹੈ ਪਹਿਲਾਂ ਗੱਲ ਕਰਾਂਗੇ ਰਿਲੀਜ਼ ਹੋ ਚੁੱਕੀ ਫਿਲਮ ਮਸਤਾਨੇ ਦੀ ਜੋ ਸਿੱਖ ਇਤਿਹਾਸ ਤੇ ਬਣੀ ਹੋਣ ਤੱਕ ਦੀ ਸਭ ਤੋਂ ਵਧੀਆ ਤੇ ਕਾਬਲੇ ਤਾਰੀਫ ਫਿਲਮ ਹੋ ਨਿਬੜੀ 25 ਅਗਸਤ ਨੂੰ ਰਿਲੀਜ਼ ਹੋਈ ਇਹ ਫਿਲਮ ਦੋ ਦਿਨਾਂ ਵਿੱਚ ਹੀ ਕਾਮਯਾਬੀ ਦੇ ਰਾਹ ਤੁਰ ਪਈ ਹੈ ਤੇ ਲੱਗਦਾ ਹੈ ਕਿ ਇਸ ਨੂੰ ਮਿਲ ਰਿਹਾ ਦਰਸ਼ਕਾਂ ਦਾ ਪਿਆਰ ਪੰਜਾਬੀ ਫਿਲਮ ਇਤਿਹਾਸ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ ਖਾਸ ਕਰਕੇ ਉਦੋਂ ਜਦੋਂ ਪੰਜਾਬ ਵਿੱਚ ਬਣਦੀਆਂ ਪੰਜਾਬੀ ਫਿਲਮਾਂ ਵਿੱਚੋਂ ਸਿੱਖ ਪਖਤੇ ਬਹੁਤ ਘੱਟ ਕੰਮ ਦੇਖਣ ਨੂੰ ਮਿਲਿਆ ਅਜਿਹੇ ਵਿੱਚ ਫਿਲਮ ਮਸਤਾਨੇ ਇੱਕ ਨਵਾਂ ਰਾਹ ਤੋੜਨ ਵਿੱਚ ਕਾਮਯਾਬ ਹੋਈ ਹੈ ਤੇ ਸ਼ੁਰੂਆਤ ਵੱਜੋਂ ਇਸ ਵਿੱਚ ਦਿਖਾਇਆ ਸਿੱਖ ਇਤਿਹਾਸ ਕਈ ਪਹਿਲੂਆਂ ਨੂੰ ਉਜਾਗਰ ਕਰਨ ਦੇ ਨਾਲ ਨਾਲ ਨੌਜਵਾਨੀ ਵਿੱਚ ਨਵੀਂ ਊਰਜਾ ਅਤੇ ਸਿੱਖੀ ਪ੍ਰਤੀ ਪਿਆਰ ਤੇ ਸਤਿਕਾਰ ਭਰਨ ਵਿੱਚ ਕਾਮਯਾਬ ਹੋਇਆ ਲੋਕ ਆਖ ਰਹੇ ਨੇ ਕਿ ਅਜਿਹੀਆਂ ਫਿਲਮਾਂ ਨੌਜਵਾਨਾਂ ਨੂੰ ਪਤਿਤ ਪੁਨੇ ਵੱਲ ਜਾਣ ਤੋਂ ਰੋਕ ਸਕਦੀਆਂ ਨੇ ਦੂਜੀ ਫਿਲਮ ਦੀ ਵੀ ਗੱਲ ਕਰਾਂਗੇ ਪਰ ਪਹਿਲਾ ਮਸਤਾਨੇ ਬਾਰੇ ਦੱਸ ਦਈਏ ਕਿ ਇਹ ਫਿਲਮ ਤਰਸੀਮ ਜੱਸੜ ਵੇਲੀ ਜੰਤਾ ਰਿਕਾਰਡਸ ਵੱਲੋਂ ਬਣਾਈ ਗਈ ਹੈ ਅਤੇ ਇਸ ਵਿੱਚ ਜੱਸੜ ਸਮੇਤ ਸਿਮੀ ਚਾਹਲ ਗੁਰਪ੍ਰੀਤ ਘੁਗੀ ਕਰਮਜੀਤ ਅਨਮੋਲ ਬਨਿੰਦਰ ਬੰਨੀ ਹਣੀ ਮੱਟੂ ਜਿਹੇ ਪੰਜਾਬੀ ਕਲਾਕਾਰਾਂ ਸਮੇਤ ਬਾਲੀਵੁੱਡ ਵਿੱਚ ਤਾਗ ਚਮਾਉਣ ਵਾਲੇ ਪੰਜਾਬੀ ਕਲਾਕਾਰ ਰਾਹੁਲ ਦੇਵ ਅਵਤਾਰ ਗਿਲ ਅਤੇ ਆਰਿਫ ਜ਼ਕਰੀਆ ਵਰਗੇ ਕਲਾਕਾਰ ਸ਼ਾਮਲ ਨੇ ਦੋਤੀ ਫਿਲਮ ਜੋ ਕਿ 1 ਸਤੰਬਰ ਨੂੰ ਰਿਲੀਜ਼ ਹੋਣੀ ਹੈ ਉਹ ਹੈ ਚੇਤਾ ਸਿੰਘ ਜਿਸ ਵਿੱਚ ਪ੍ਰਿੰਸ ਕਬਲਜੀਤ ਸਿੰਘ ਇੱਕ ਮੁੱਖ ਕਿਰਦਾਰ ਵੱਜੂ ਆ ਰਹੇ ਨੇ ਇਸ ਫਿਲਮ ਦੀ ਖਾਸੀਅਤ ਇਹ ਹੈ ਕਿ ਇਹ ਫਿਲਮ ਦੱਖਣ ਦੀਆਂ ਐਕਸ਼ਨ ਫਿਲਮਾਂ ਵਰਗੀ ਬਣਾਈ ਗਈ ਹੈ ਅਤੇ ਇਸ ਦਾ ਟ੍ਰੇਲਰ ਕਿਸੇ ਸਾਊਥ ਮੂਵੀ ਦਾ ਭਲੇਖਾ ਪਾਉਂਦਾ ਜਬਜੀ ਖੇਹਰਾ ਮਹਾਬੀਰ ਭੁੱਲਰ ਵਰਗੇ ਕਲਾਕਾਰਾਂ ਨਾਲ ਸ਼ਿੰਗਾਰੀ ਇਹ ਫਿਲਮ ਸਾਗਾ ਸਟੂਡੀਓਜ਼ ਵੱਲੋਂ ਬਣਾਈ ਗਈ ਹੈ ਜੋ ਕਿ ਸਮਾਜ ਵਿੱਚ ਆਈਆਂ ਬੁਰਾਈਆਂ ਵਿਰੁੱਧ ਬਦਲਾ ਲੈਣ ਦੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ ਫਿਲਮ ਚੇਤਾ ਸਿੰਘ 1 ਸਤੰਬਰ 2023 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ ਕਿ ਆਸ਼ੀਸ਼ ਕੁਮਾਰ ਦੁਆਰਾ ਨਿਰਦੇਸ਼ਿਤ ਹੈ ਉਮੇ ਦੇ ਕਿਰਦਾਰ ਨਾਲ ਮਸ਼ਹੂਰ ਪ੍ਰਿੰਸ ਕਮਲਜੀਤ ਸਿੰਘ ਦੀ ਅਦਾਕਾਰੀ ਦੇ ਲੋਕ ਪਹਿਲਾਂ ਹੀ ਕਾਇਲ ਨੇ ਅਤੇ ਫਿਲਮ ਚੇਤਾ ਸਿੰਘ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਸਾਬਿਤ ਹੋਵੇਗੀ ਇਹ ਉਮੀਦ ਕੀਤੀ ਜਾ ਰਹੀ ਹੈ ਸੋ ਉਮੀਦ ਹੈ ਕਿ ਪੰਜਾਬੀ ਫਿਲਮਾਂ ਦਾ ਦੌਰ ਬਦਲੇਗਾ ਤੇ ਨਵੇਂ ਦੌਰ ਵਿੱਚ ਨਵੀਆਂ ਕਹਾਣੀਆਂ ਲੋਕਾਂ ਨੂੰ ਦੇਖਣ ਨੂੰ ਮਿਲਣਗੀਆਂ ਜਿਵੇਂ ਬਾਲੀਵੁੱਡ ਦੱਖਣ ਦੀਆਂ ਫਿਲਮਾਂ ਦੀ ਨਕਲ ਕਰਦਾ ਹੈ ਰੀਮੇਕ ਬਣਾਉਂਦਾ ਉਵੇਂ ਹੀ ਕਦੇ ਪੰਜਾਬੀ ਫਿਲਮਾਂ ਵੀ ਹਿੱਟ ਹੋਇਆ ਕਰਨਗੀਆਂ ਰਿਲੀਜ਼ ਹੋ ਚੁੱਕੀ ਫਿਲਮ ਮਸਤਾਨੇ ਨੂੰ ਉਸਦੀ ਸਫਲਤਾ ਤੇ ਮੁਬਾਰਕਾ ਤੇ ਰਿਲੀਜ਼ ਹੋਣ ਵਾਲੀ ਫਿਲਮ ਚੇਤਾ ਸਿੰਘ ਨੂੰ ਸ਼ੁਕ ਕਾਮਨਾਵਾ